ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਜਿਹਦਾ ਨਾਮ ਗਗਨ ਗੋਲਡੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਹੈਗਾ ਵਿਸ਼ਕਰਮਾ ਡੇ ਇੱਕ ਨਵੀਂ ਸਵੇਰ ਨਵੀਂ ਸ਼ਾਮ ਨਾਲ ਨਵੀਂ ਸ਼ਾਮ
ਘੁੰਮਣ, ਪਤਾ ਨਹੀਂ ਹੁਣ ਕਿੱਥੇ ਚੱਲੇ ਆ, ਨਿਕਲਣਗੇ ਪਤਾ ਲੱਗੂਗਾ ਕਿੱਧਰ ਨੂੰ ਜਾਂਦੇ ਆ ਕਿੱਧਰ ਨੂੰ ਨਹੀਂ। ਤੇ ਇਸ ਲਈ ਆਪਾਂ ਬੈਗ 'ਚ ਸਮਾਨ ਪਾਇਆ, ਠੰਡ ਹੋ ਗਈ ਇਸ ਲਈ ਨਾਲ ਸਮਾਨ ਚੱਕਿਆ ਥੋੜਾ ਜਿਹਾ, ਆਪਣਾ ਨਿਕਲਣ ਲੱਗੇ ਆ ਨਾਲ ਸਾਡੇ ਬ੍ਰਦਰ ਵੈਲਡਰ ਵੀ ਚੱਲੇ ਨੇ, ਆਪਾਂ ਫਿਲਹਾਲ ਨਿਕਲੀਏ ਫਟਾਫਟ, ਮਿਲਦੇ ਆ। ਓਕੇ ਰਸਤੇ 'ਚ ਰੈਡੀ ਸੁਲਤਾਨਪੁਰ ਜਾਣ ਨੂੰ, ਸੁਲਤਾਨਪੁਰ ਲੋਧੀ, ਤੇ ਇੱਥੋਂ ਦੀ ਵੈਸੇ ਜ਼ਿਆਦਾ ਦੂਰ ਨਹੀਂ ਹੈਗਾ, ਅਸੀਂ ਸੋਚਿਆ ਜ਼ਿਆਦਾ ਦੂਰ ਵੀ ਨਹੀਂ, ਜ਼ਿਆਦਾ ਨੇੜੇ ਵੀ ਨਾ ਹੋਏ। ਫਿਰ ਅਸੀਂ ਸੋਚਿਆ ਕਿ ਚਲੋ ਸੁਲਤਾਨਪੁਰ ਚੱਲਦੇ ਹਾਂ, ਉਹ ਹੈਗਾ ਇੱਥੋਂ ਦੀ 67 ਕਿਲੋਮੀਟਰ ਹੈਗਾ ਆ, ਬਸ 1.25 ਘੰਟਾ ਲੱਗਣਾ ਜਾਣ ਨੂੰ, 1.25 ਘੰਟਾ ਲੱਗੂਗਾ ਬਾਈਕਸ 'ਤੇ ਜਾਣ ਨੂੰ। ਉੱਥੇ ਵੈਸੇ ਮੇਰੇ ਦੀਦੀ ਵੀ ਰਹਿੰਦੇ ਆ, ਦੇਖੋ ਪਰ ਉਹਨਾਂ ਕੋਲ ਜਾ ਹੋਊਗਾ ਕਿ ਨਹੀਂ, ਵੈਸੇ ਉਹਨਾਂ ਨੂੰ ਦੱਸਿਆ ਵੀ ਨਹੀਂ ਆ ਕਿ ਆ ਰਹੇ ਹਾਂ, ਗੁਰਦੁਆਰਾ ਸਾਹਿਬ ਵੀ ਜਾ ਰਹੇ ਹਾਂ ਮੱਥਾ ਟੇਕਣ, ਮੱਥਾ ਟੇਕ ਕੇ ਅਤੇ ਸ਼ਾਇਦ ਰਾਤ ਪੈ ਜਾਵੇ, ਰਾਤ ਪੈ ਜਾਣੀ ਆ ਤਾਂ ਫਿਰ ਵਾਪਸ ਹੀ ਆਉਣਾ ਪੈਣਾ, ਕਿਤੇ ਜਾਇਆ ਤਾਂ ਜਾਣਾ ਨਹੀਂ ਉਹਨਾਂ ਕੋਲ। ਚਲੋ ਬਾਕੀ ਹੁਣ ਇੱਥੇ ਤੇਲ ਪਵਾ ਰਹੇ ਆ ਗਗਨ, ਅਤੇ ਤੇਲ ਪਵਾ ਕੇ ਆਪਾਂ ਨਿਕਲਣਾ ਵਾ, ਫਿਰ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ। ਹਾਂਜੀ ਵਾਲਿਆ ਤੇਲ ਮੈਂ ਉੱਥੇ ਜਾ ਕੇ ਜੇਬ 'ਚ ਹੱਥ ਮਾਰਿਆ, ਹਾਂ, ਅਤੇ ਮੈਨੂੰ ਵੇਖ ਕੀ ਲੱਭਾ, ਕੀ ਇਹ ਕੀ ਹੈ? ਅੱਛਾ ਰਿੰਗਟ ਤੋਤਾ ਗਿਆ, ਪਤਾ ਖਰਾਬ ਹੀ ਆ ਫਿਰ, ਇਹਦੇ ਨਾਲ ਨਾ ਕੂਪਨ ਸੀਗਾ ਉਹ ਸਾਰਾ ਗਲ ਗਲ ਗਿਆ, ਮਤਲਬ ਫਿਰ ਮਤਲਬ ਉਹ ਕੰਮ ਦਾ ਸੀਗਾ? ਨਹੀਂ ਉੱਥੇ ਕੰਮ ਦਾ ਸੀ, ਇੱਥੇ ਲੱਭਾ, ਇਹਦਾ ਹੀ ਪਵਾ ਲੈਣਾ ਸੀ, ਕੀ ਚੱਲਿਆ ਨਹੀਂ ਇੱਥੇ। ਫਾਈਨਲੀ ਆਪਾਂ ਪਹੁੰਚ ਗਏ ਹਾਂ ਜੀ ਅੱਧੇ ਰਸਤੇ 'ਚ, ਤੇ ਮੈਂ ਚੱਲੀ ਹਾਂ ਸਕੂਲੇ, ਗੋਲਡੀ ਚੱਲੀ ਹੈ ਸਕੂਲੇ, ਇੱਧਰ ਹੋ ਜਾ ਸਕੂਲੇ ਨਾਲ ਨਾਲ ਲੈ ਜਾਂਦੇ ਨੇ। ਥੋੜ੍ਹਾ ਮੋਟਰਸਾਈਕਲ ਸਾਡਾ ਗਰਮ ਹੋ ਗਿਆ ਸੀਗਾ ਕਿਉਂਕਿ ਲਗਾਤਾਰ ਚਲਾਇਆ, ਇਸ ਲਈ ਅਸੀਂ ਸੋਚਿਆ ਵੀ ਰੁਕ ਜਾਂਦੇ ਹਾਂ, ਆਹ ਦੇਖੋ ਨਾਲੇ ਸ਼ੂਟ ਸ਼ਾਟ ਕਰ ਲਈਏ, ਫੋਟੋ ਫੋਟੋ ਖਿੱਚ ਲਈਏ ਥੋੜ੍ਹੀ ਜੀ, ਇੰਜਨ ਲਾਲ ਹੋ ਗਿਆ। ਬਾਕੀ ਉਹ ਖੜਾ ਇੱਕ ਕੀ ਨਾਂ ਸੀ ਉਹਦਾ, ਕੀ ਕਹਿੰਦੇ ਉਹਨੂੰ, ਨਹੀਂ ਕੀ ਕਹਿੰਦੇ ਉਹਨੂੰ, ਉਹ ਰੇੜੀ ਵਾਲਾ, ਸ਼ਕਲ ਗੰਦੀ, ਸ਼ਕਲ ਗੰਦੀ, ਸ਼ਕਲ ਗੰਦੀ ਨੇ, ਸ਼ਕਲ ਗੰਦੀ ਉੱਥੇ ਖੜੀ ਸੀਗੀ, ਖਾਈ ਖੋਚਾ ਉਹ ਖਾਂਦੇ ਆ, ਮੈਨੂੰ ਨਹੀਂ ਪਸੰਦ, ਮੈਂ ਨਹੀਂ ਖਾਣੀ, ਪਰ ਗੋਲਡੀ ਕਹਿੰਦੀ ਮੈਨੂੰ ਪਸੰਦ ਨਹੀਂ ਹੈ, ਇਸ ਲਈ ਆਪਾਂ ਨਹੀਂ ਖਾਵਾਂਗੇ। ਫਿਲਹਾਲ 5:17 ਹੋ ਗਿਆ, ਰਸਤੇ 'ਚ ਬਹੁਤ ਜ਼ਿਆਦਾ ਜਾਮ ਸੀਗਾ ਇਸ ਲਈ ਟਾਈਮ ਬਹੁਤ ਲੱਗ ਗਿਆ, ਬਟ ਹੁਣ ਆਪਾਂ 30 ਕਿਲੋਮੀਟਰ ਸਫ਼ਰ ਰਹਿ ਗਿਆ ਵਾ, ਅਤੇ 30 ਆਪਾਂ ਆ ਗਏ ਹਾਂ, ਅਤੇ ਇਹ ਕਰ ਰਹੀ ਹਾਂ, ਕਿੰਨੇ ਵਜੇ? 6:05 ਦੇ, 2 ਘੰਟੇ, 2 ਵਾਰੀ 2.5 ਘੰਟੇ, 2-3 ਵਾਰੀ ਮਹਾਰਾਜ ਆਪੇ ਰਸਤਾ ਭੁਲਾਉਂਦੇ ਹੁੰਦੇ, ਆਪੇ ਜਾਣੀ ਜਾਣਦੇ ਹੋ। ਕਿੰਨੇ ਵਾਰੀ ਆਇਆ ਜੀ? ਮੈਂ ਬਾਜੀ ਆ ਗਿਆ, ਇਹ ਕੁੱਲ ਮਿਲਾ ਕੇ 3 ਵਾਰੀ ਮਸੀਂ ਆਏ ਹੋ, ਇੰਨੀ ਵਾਰੀ ਆਇਆ, ਪਤਾ ਨਹੀਂ ਕਿੱਧਰੋਂ ਕਿੱਧਰੋਂ ਨਹੀਂ ਲੈ ਕੇ ਆਇਆ, ਪਹਿਲੀ ਵਾਰੀ ਆ ਰਸਤਾ, 1.5 ਘੰਟੇ ਰਾਹ, 3 ਘੰਟੇ ਮੈਂ ਨਹੀਂ ਲੈ ਕੇ ਆਇਆ। ਭੁੱਖ ਬੜੀ ਲੱਗੀ ਤੈਨੂੰ? ਭੁੱਖ ਲੱਗੀ? ਬਹੁਤ ਲੱਗੀ,
ਕੱਲ ਲੰਗਰ ਛਕੀ ਆ ਦੀਦੀ ਕਹਿੰਦੇ ਮੈਂ ਧੋ ਕੇ ਜਾਣਾ ਵਾ ਦੀਦੀ ਕਹਿੰਦੇ ਮੈਂ ਧੋ ਕੇ ਜਾਣਾ ਦੀਦੀ ਨੂੰ ਕਹੋ ਬਣਾਓ ਪਰੌਂਠੇ ਆਲੂ ਵਾਲੇ ਦੀਦੀ ਕਹਿੰਦੇ ਮੈਂ ਪਾਉ ਭਾਜੀ ਬਣਾਈ ਪਰੌਣੇ ਆਏ ਸੀ ਸਾਡੇ ਘਰੇ ਅੱਛਾ ਮੈਂ ਕਿਹਾ ਉਹ ਸਾਡੀ ਜੱਫੇ ਨਹੀਂ ਆ ਦੀਦੀ ਆ ਰਹੇ ਅਸੀਂ ਠੀਕ ਆ ਆਵੇ ਮੈਂ ਹੋ ਕੇ ਜਾਵਾਂਗੇ ਦਾ ਅਵਰ ਨਾ ਕੋਈ ਹਾਂਜੀ ਅੰਦਰੋਂ ਆਪਾਂ ਹੋ ਗਏ ਦਰਬਾਰ ਸਾਹਿਬ ਤੋਂ ਅਤੇ ਆਪਾਂ ਹੁਣ ਪਹੁੰਚ ਗਏ ਜੀ ਭੋਰਾ ਸਾਹਿਬ ਇਹ ਹੈਗਾ ਜੀ ਬੇਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਅਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 13 ਦਿਨ ਇੱਥੇ ਬਹਿ ਕੇ ਤਪ ਕੀਤਾ ਸੀਗਾ ਅਤੇ ਅੰਦਰ ਆਪਾਂ ਉਹ ਜਗ੍ਹਾ ਦੇ ਦਰਸ਼ਨ ਕਰਦੇ ਹਾਂ ਜਿੱਥੇ ਤਪ ਕੀਤਾ ਅਤੇ ਇੱਥੇ ਇਸ਼ਨਾਨ ਕਰਕੇ ਵੇਈ 'ਚੋਂ ਅਤੇ ਹਰ ਰੋਜ਼ ਪਾਤਸ਼ਾਹ ਆਉਂਦੇ ਸੀਗੇ ਨਿਤਨੇਮ ਕਰਨ ਅਤੇ ਇੱਥੇ ਨਿਤਨੇਮ ਬੈਠ ਕੇ ਕਰਦੇ ਹੁੰਦੇ ਸੀਗੇ ਅਤੇ 14 ਸਾਲ ਉਹਨਾਂ ਨੇ ਇੱਥੇ ਨਿਤਨੇਮ ਕੀਤਾ ਸੀਗਾ ਬੈਠ ਕੇ ਇਹ ਜਗ੍ਹਾ ਜੀ ਕਰੋ ਦਰਸ਼ਨ ਹਾਂ ਜੀ ਵੇਈ ਬੜਾ ਸੋਹਣਾ ਇਹਨਾਂ ਨੇ ਸਜਾਇਆ ਵਾ ਸਾਹਮਣੇ ਐਂ ਲਾਈਟਿੰਗ ਪ੍ਰੋਪਰ ਕੀਤੀ ਆ ਉੱਧਰ ਵੀ ਪੌੜੀਆਂ ਹੈਗੀਆਂ ਵਾ ਅਤੇ ਇੱਧਰੋਂ ਦੀ ਅੱਗੇ ਇੱਧਰੋਂ ਜਾਂਦੀ ਹੈ ਪਹਿਲਾਂ ਬਹੁਤ ਗੰਦੀ ਹੋ ਗਈ ਸੀਗੀ ਅਤੇ ਇੱਥੇ ਸੰਤ ਰਹਿੰਦੇ ਨੇ ਉਹਨਾਂ ਨੇ ਸਾਫ਼ ਕਰਵਾਈ ਸੀਗੀ ਕਾਫ਼ੀ ਹੱਦ ਤੱਕ ਬਹੁਤ ਸਾਫ਼ ਹੋ ਗਈ ਇਹ ਜਲ ਜਿਹੜਾ ਪਾਣੀ ਇਹਦਾ ਪੀਣ ਯੋਗਾ ਹੋ ਗਿਆ ਸੀਗਾ ਇੰਨਾ ਇੰਨੀ ਸਾਫ਼ ਕਰਤੀ ਸੀ ਉਹਨਾਂ ਨੇ ਬਾਕੀ ਹੋ ਗਈ ਸੀਚੇਵਾਲ ਜੀ ਕੀ ਨਾਂ ਇਹਨਾਂ ਦਾ ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਇਹਨਾਂ ਨੇ ਸਾਫ਼ ਕਰਵਾਈ ਸੀਗੀ ਅਤੇ ਬੜੀ ਵੱਡੀ ਸੇਵਾ ਇਹਨਾਂ ਨੇ ਲਈ ਸੀਗੀ ਅਤੇ ਦਿਨੇ ਆਪਾਂ ਪ੍ਰੋਪਰ ਦੇਖ ਸਕਦੇ ਇੱਥੇ ਅਤੇ ਅਸੀਂ ਲੇਟ ਹੋ ਗਏ ਸੀ ਇਸ ਲਈ ਥੋੜ੍ਹਾ ਟਾਈਮ ਲਾਈਟਿੰਗ ਸੋਹਣੀ ਲੱਗਦੀ ਲਾਈਟਿੰਗ ਵੈਸੇ ਸੋਹਣੀ ਲੱਗ ਰਹੀ ਹੈ ਆਪਾਂ ਨੂੰ ਇਹ ਚੀਜ਼ ਦਿਨੇ ਨਹੀਂ ਦਿਖਣੀ ਸੀਗੀ ਸਤਿ ਸ਼੍ਰੀ ਅਕਾਲ ਕਰ ਦਿਓ ਅਮੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਹੋ ਗਈ ਰੈਡੀ ਚਾਹ ਕੌਫੀ ਪੀ ਕੇ ਨਿਕਲਣਾ ਵਾ ਅਸੀਂ ਫਟਾਫਟ ਚਲੋ ਸਾਰਾ ਕੁਛ ਰੈਡੀ ਕਰਤਾ ਦੀਦੀ ਨੇ ਲੈ ਲਓ ਆਹੋ ਹੈ ਅਮੀਤ ਬੋਲੋ ਸਤਿ ਸ਼੍ਰੀ ਅਕਾਲ ਕਰੋ ਹੈਲੋ ਬੋਲਦੇ ਨਹੀਂ ਪਏ ਹੈਲੋ 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 ਕਰੋ ਤੁਸੀਂ ਹੈਲੋ ਹੈਲੋ ਗਾਇਸ ਅਵਨੀਤ ਇਹ ਚੁੱਪ ਹੀ ਬੜੀ ਹੈ ਸਤਿ ਸ਼੍ਰੀ ਅਕਾਲ ਚੁੱਪ ਕਰ ਗਈ ਗੱਲ ਜਿਹੜੀ ਹੁੰਦੀ ਮਸੀ ਥੋੜੀ ਬਸ ਕਿਨੂੰ ਕਿਨੂੰ ਲੈ ਕੇ ਆਈ ਥੋੜੀ ਬਸ ਨੂੰ ਲਾ ਇੰਨੇ ਸਾਰੇ ਜਾਣੇ ਆ ਗਏ ਸੀਗੇ ਸਾਰੇ ਕਾਲੇ ਕਾਲੇ ਬਣੇ ਦੇਖ ਲਈ ਇਹ ਸੇਮ ਸੇਮ ਹੈ ਕਿ ਨਾ ਕੇ ਰਾਈਡਰ ਲੈ ਥੋੜੀ ਤੇ ਰੋਜ਼ ਕਾਫੀ ਬਤੀ ਹੈ ਕਾਫੀ ਨਹੀਂ ਮੈਂ ਚਾਹ ਬਣਾ ਲਿਆ ਮੈਂ ਮੱਥੇ ਤਾਂ ਨਾ ਲਾ ਲਈ ਬਸ ਵੇਖ ਮੈਂ ਖਾਣ ਦੀ ਇਕੱਲੀ ਬਹਿ ਗਏ ਤੁਹਾਨੂੰ ਪੁੱਛਿਆ ਵੀ ਨਹੀਂ ਕੁਇਕ ਪਾਓ ਭਾਜੀ ਮਿੰਟਾਂ ਮਿੰਟ ਹੀ ਦੀਦੀ ਨੇ ਬਣਾ ਲਈ ਭਾਜੀ ਸਵਾਦ ਸੀ ਪਾਓ ਭਾਜੀ ਸਵਾਦ ਸੀ ਸਵਾਦ ਸੀ ਆਪਾਂ ਪਹੁੰਚ ਗਏ ਜੀ ਜਲੰਧਰ ਜਲੰਧਰ ਇੱਥੇ ਸਾਡੇ ਸਾਥੀ ਨੇ ਮਿਲਣਾ ਸੀਗਾ ਆ ਹੀ ਗਏ ਲੱਗਦਾ ਆ ਗਏ ਇਹਨਾਂ ਨੇ ਮਿਲਣਾ ਸੀ ਕਿਸੇ ਨੂੰ ਇਸ ਲਈ ਫਟਾਫਟ ਇੱਥੇ ਆਏ ਆ ਬਹੁਤ ਲੋਈਆਂ ਕੱਢੀਆਂ ਦੇਖੋ ਹਾਲ ਕੀ ਹੋਇਆ ਪਿਆ ਠੰਡ ਬੜੀ ਹੋਈ ਪਈ ਆ ਅਤੇ ਸਮਾਂ ਵੀ ਬੜਾ ਹੋ ਗਿਆ ਵਾ ਸਾਥੀ ਆ ਗਏ ਨੇ ਆਪਣੇ ਹਾਂਜੀ ਪਹੁੰਚ ਗਏ ਜਲੰਧਰ ਜਲੰਧਰ ਖਾਣ ਪੀਣ ਲਵਲੀ ਵਾਲਿਆਂ ਦੇ ਨਹੀਂ ਨਹੀਂ ਅੱਜ ਖਾਵਾਂਗੇ ਆਪਾਂ ਕੁੱਲੜ ਪੀਜ਼ਾ ਹਾਂਜੀ ਹੁਣ ਆਪਾਂ ਆਏ ਇੱਥੇ ਜਲੰਧਰ ਅਤੇ ਹੁਣ ਲੱਗ ਗਈ ਸੀਗੀ ਭੁੱਖ ਲਿਟਲ ਲਿਟਲ ਸਾਰਿਆਂ ਨੂੰ ਬਾਕੀ ਇੱਕ ਸਾਥੀ ਦਾ ਜਿਹੜਾ ਸਾਡਾ ਸੀ ਨਾਲ ਉਹਨਾਂ ਨੇ ਕਿਸੇ ਨੂੰ ਮਿਲਣਾ ਸੀਗਾ ਉਹ ਜਲੰਧਰ ਰੁਕੇ ਆ ਇੱਥੇ ਅਤੇ ਆਪਾਂ ਹੁਣ ਚੱਲਦੇ ਹਾਂ ਅੰਦਰ ਇੱਥੇ ਕੁਛ ਖਾਂਦੇ ਪੀਂਦੇ ਹਾਂ ਠੀਕ ਆ ਬਾਕੀ ਉਹ ਖੜੇ ਆ ਉਹ ਵੀ ਸਾਡੇ ਨਾਲ ਰੈਡੀ ਆ ਅੰਦਰ ਜਾਣ ਨੂੰ ਚਲੋ ਆ ਜਾਓ ਚੱਲੀਏ ਹੁਣ ਅੰਦਰ ਉੱਥੇ ਵੀ ਵੈਸੇ ਖਾ ਕੇ ਆਏ ਸੀ ਪਾਓ ਭਾਜੀ ਪਰ ਫਿਰ ਵੀ ਥੋੜ੍ਹੀ ਥੋੜ੍ਹੀ ਲੱਗ ਗਈ ਠੀਕ ਆ ਹੁਣ ਇੱਥੇ ਅੰਦਰ ਔਡਰ ਕਰਦੇ ਹੁਣ ਦੇਖਦੇ ਹਾਂ ਕੀ ਔਡਰ ਕਰਨਾ ਵਾ ਕੀ ਹੈ ਹੈਂ
ਮੈਨੂੰ ਕਿਹੜਾ ਪਤਾ ਦੇਖੋ ਫਿਰ ਸਾਹਮਣੇ ਮੈਨੂੰ ਰੱਖਿਆ ਵਾ ਲੋ ਜੀ ਆਪਾਂ ਆ ਗਏ ਅੰਦਰ ਤੇ ਅਸੀਂ ਸਿਲੈਕਟ ਕੀਤਾ ਆ ਵਾਲਾ ਸਪੈਸ਼ਲ ਚੀਜ਼ੀ ਸਿੰਘ ਬਾਕੀ ਕੁੱਲੜ ਤਾਂ ਆਪਾਂ ਬਥੇਰੇ ਖਾਧੇ ਵੈਸੇ ਪਰ ਇਹ ਇਹਨਾਂ ਦਾ ਨਿਊਲੀ ਲਾਂਚ ਆ ਦੇਖੋ ਇਹ ਇਹ ਕਰਦੇ ਹਾਂ ਟੇਸਟ ਕਿੱਦਾਂ ਦਾ ਬਾਕੀ ਨਾਲ ਆਪਾਂ ਕਰਾਈਏ ਕੋਲਡ ਡਰਿੰਕ ਅਤੇ ਵਾਸ਼ਰੂਮ ਹੈਗਾ ਉੱਪਰ ਉਹ ਕਹਿੰਦੀ ਵਾਸ਼ਰੂਮ ਨਹੀਂ ਹੈਗਾ ਉੱਪਰ ਸੀਟਿੰਗ ਆ ਨਾ ਉੱਪਰ ਸੀਟਿੰਗ ਹੈਗੀ ਹੈ ਅਤੇ ਉੱਥੇ ਵਾਸ਼ਰੂਮ ਵੀ ਹੈਗਾ ਨਾਲ ਉਹ ਬੰਦੇ ਨੇ ਮੈਨੂੰ ਕਿਹਾ ਸੀ ਟੋਪੀ ਵਾਲੇ ਨੇ ਲੰਘ ਗਿਆ ਨਾ ਥੱਲੇ ਕਹਿੰਦਾ ਬਾਥਰੂਮ ਨਹੀਂ ਹੈਗਾ ਫਿਰ ਕਹਿੰਦਾ ਨਹੀਂ ਉੱਪਰ ਹੈਗਾ ਜਾ ਆਇਓ ਭਰਾਵਾ ਚੱਕਰ ਨਹੀਂ ਹੁੰਦੀ ਆ ਲੋ ਨਾ ਭੁੱਖਾ ਨੰਬਰ 1 ਭੁੱਖ ਬਈ ਭੁੱਖ ਭੁੱਖਾ ਨੰਬਰ 1 ਹਾਂਜੀ ਹਾਂਜੀ ਭੁੱਖ ਭੁੱਖ ਮਿਟਾ ਲਓ ਭੁੱਖ ਮਿਟਾ ਲਓ ਬਰਗਰ ਖਾ ਲਓ ਚੀਜ਼ੀ ਸਿੰਘ ਸਪੈਸ਼ਲ ਕਿੱਥੇ ਗਿਆ ਆਪਾਂ ਪਹੁੰਚੇ ਹਾਂ ਫਰੈਸ਼ ਬਾਈਟ ਤੁਹਾਨੂੰ ਵਿਖਾਇਆ ਸੀਗਾ ਪਹਿਲਾਂ ਅਤੇ ਖਾ ਪੀ ਕੇ ਆਪਾਂ ਹੁਣ ਮਿਲ ਰਹੇ ਹਾਂ ਸਹਿਜ ਵੀਰੇ ਨੂੰ ਹੋਰ ਸਹਿਜ ਵੀਰੇ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਹਾਡਾ ਚੀਜ਼ੀ ਬਰਗਰ ਬੜਾ ਟੇਸਟੀ ਸੀਗਾ ਅਸੀਂ ਖਾ ਲਿਆ ਟਰਾਈ ਕਰ ਲਿਆ ਥੈਂਕ ਯੂ ਜੀ ਅਸੀਂ ਫਸਟ ਟਾਈਮ ਟਰਾਈ ਕੀਤਾ ਵੈਸੇ ਉਧਰ ਤਾਂ ਵਾਰੀ ਨਹੀਂ ਆਉਂਦੀ ਸੀ ਜਲਦੀ ਕਿਤੇ ਉਧਰ ਵਾਰੀ ਨਹੀਂ ਸੀ ਆਉਂਦੀ ਪਹਿਲਾਂ ਨਹੀਂ ਆਈ ਸੀ ਉਧਰ ਪਹਿਲਾਂ ਆਏ ਸੀ ਪਹਿਲਾਂ ਖਾ ਲਿਆ ਦੋ ਦਿਨ ਬਾਅਦ ਪਹਿਲਾਂ ਤਿੰਨ ਦਿਨ ਪਹਿਲੇ ਆਏ ਸੀ ਗਗਨ ਗੋਲਡੀ ਵਲੌਗਸ ਬਹੁਤ ਵਧੀਆ ਨਾਲੇ ਫਨ ਮਸਤੀ ਕਰਦੇ ਹੋਏ ਇੰਜੋਏ ਕਰਦੇ ਹੋਏ ਵੀਡੀਓਜ਼ ਬਣਾਉਂਦੇ ਆ ਤੇ ਪਿਆਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਜਿੰਨਾ ਹੋ ਸਕਦਾ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਓਕੇ ਹਾਂਜੀ ਹੁਣ ਖਾ ਪੀ ਕੇ ਵਿਹਲੇ ਹੋ ਗਏ ਇੱਥੋਂ ਦਾ ਖਾਧਾ ਸੀ ਚੀਜ਼ੀ ਬਰਗਰ ਕਿਹੜਾ ਸੀਗਾ ਚੀਜ਼ੀ ਸਿੰਘ ਬਰਗਰ ਅਤੇ ਮਤਲਬ ਬੜਾ ਟੇਸਟੀ ਸੀਗਾ ਅਤੇ ਅਸੀਂ ਉੱਪਰ ਬਹਿ ਕੇ ਖਾਧਾ ਅਤੇ ਸੈਲਫੀ ਦਾ ਵੀ ਸੀਗਾ ਉੱਪਰ ਅਸੀਂ ਉਹਨਾਂ ਨਾਲ ਫੋਟੋਜ਼ ਵਗੈਰਾ ਕਰਵਾਈਆਂ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਸੁਭਾਅ ਲੱਗਿਆ ਉਹਨਾਂ ਦਾ ਫਸਟ ਟਾਈਮ ਆਏ ਸੀਗੇ ਹਲੇ ਇੱਥੇ ਤਾਂ ਪਹਿਲਾਂ ਆਏ ਸੀਗੇ ਅਤੇ ਪਹਿਲਾਂ ਚਲੋ ਦੂਸਰੀ ਜਿਹੜੀ ਪੁਰਾਣੀ ਸ਼ੋਪ ਸੀ ਇਹਨਾਂ ਦੀ ਉੱਥੇ ਕੁਛ ਖਾਣ ਨੂੰ ਮਿਲਿਆ ਨਹੀਂ ਬਹੁਤ ਹੀ ਜ਼ਿਆਦਾ ਤੁਹਾਨੂੰ ਪਤਾ ਨਹੀਂ ਸੀਗੀ ਅਤੇ ਬਾਕੀ ਹੁਣ ਆਪਾਂ ਖਾ ਪੀ ਕੇ ਅਤੇ ਚੱਲੇ ਹਾਂ ਘਰ ਨੂੰ ਕੀ ਹੋਇਆ ਤੁਸੀਂ ਕਿਹਨੂੰ ਪਛਾਣੀ ਆਪਣੀ ਜਗ੍ਹਾ ਪਕੜਾ ਵਾ ਬੋਲੋ ਠੀਕ ਆ ਓਕੇ ਆ ਹਾਂ ਸਾਡੇ ਘਰ ਦੀ ਪਾਰਕਿੰਗ ਦੇਖ ਲਓ ਅਸੀਂ ਵੀ ਅੱਜ ਹੀ ਦੇਖੇ ਆ ਟੋਟਲ ਖੜ੍ਹੇ ਗੱਡੀ ਵੀ ਹੈਗੀ ਆ ਅੱਛਾ ਟੈਂਪੂ ਵੀ ਹੈਗਾ ਫਿਰ ਆਪਣੇ ਕੋਲ ਆਟੋ ਅੱਛਾ ਇੱਕ ਐਕਟੀਵਾ ਪਰੇ ਵੀ ਖੜ੍ਹੀ ਆ ਇੱਕ ਸਾਡੀ ਗੱਡੀ ਇੱਕ ਮੇਰੀ ਗੱਡੀ ਉੱਧਰ ਖੜ੍ਹੀ ਆ ਗਰਾਜ ਬਣਾਇਆ ਵੱਖਰਾ ਇੱਕ ਸਕੂਟਰੀ ਵੱਖਰੀ ਖੜ੍ਹੀ ਆ ਉੱਧਰ ਸਾਰੀਆਂ ਐਂ ਲੱਗਦਾ ਵੈ ਜਿਵੇਂ ਪਾਰਕਿੰਗ ਸਟੈਂਡ ਨਹੀਂ ਹੁੰਦਾ ਸਟੇਸ਼ਨ 'ਤੇ ਆਏ ਹੁੰਦੇ ਸਟੇਸ਼ਨ 'ਤੇ ਹਾਂ ਹੁੰਦੇ ਜੁਆਇੰਟ ਫੈਮਿਲੀ ਦਾ ਹਾਂ ਉਹ ਪਰੇ ਖੜ੍ਹੇ ਦੋ ਵਜੇ ਹੁਣੇ ਲਾਏ ਜਿਹੜੇ ਅੰਦਰ ਹੁਣੇ ਲਾਏ ਹਾਂਜੀ ਆਪਾਂ ਪਹੁੰਚ ਗਏ ਹੁਣ ਘਰੇ ਅਤੇ ਬਹੁਤ ਥਕਾਵਟ ਹੋ ਗਈ ਆ ਇੰਜੋਏ ਕੀਤਾ ਅੱਜ ਪੂਰਾ ਦਿਨ ਅਤੇ ਬਹੁਤ ਵਧੀਆ ਲੱਗਿਆ ਹੁਣ ਆਫਟਰ ਰਾਈਡਿੰਗ ਇੰਨੀ ਲੰਬੀ ਰਾਈਡ ਤੋਂ ਬੈੱਡ ਮਿਲਿਆ ਵਾ ਹੁਣ ਸੌਂਦੇ ਹਾਂ ਅਤੇ ਅਗਲੇ ਵਲੌਗ 'ਚ ਤੁਹਾਨੂੰ ਮਿਲਦੇ ਆ ਜਿਹੜੀ ਕਮੀ ਪੇਸ਼ੀ ਤੁਹਾਨੂੰ ਲੱਗੀ ਵਲੌਗ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਅਤੇ ਇਹ ਵਲੌਗ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਅਤੇ ਮਿਲਦੇ ਆ ਅਗਲੇ ਵਲੌਗ 'ਚ